ਅੰਦਰ ਸੱਜ ਕਰਕੇ ਬੈਠੇ ਸਾਧ ਸੰਗਤ ਜੀ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਧੰਨਵਾਦ ਰੱਬ ਵਰਗੀਆਂ ਸੰਗਤਾਂ ਦਾ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਸੱਜ ਕਰਕੇ ਬੈਠੀਆਂ ਤੇ ਸਮਾਧੀਆਂ ਲਗਾ ਕੇ ਬੈਠੀਆਂ ਤੇ ਪਰਮਾਤਮਾ ਦੇ ਨਾਮ ਨੂੰ ਗਾਇਨ ਕਰ ਰਹੀਆਂ ਨੇ ਤੇ ਸ਼੍ਰਵਣ ਕਰ ਰਹੀਆਂ ਨੇ। ਸੋ ਅੱਜ ਧਾਰਮਿਕ ਦੇ ਨਾਂ ਦੇ ਨਾਲ ਰਾਜਨੀਤਿਕ ਨੂੰ ਲੈ ਕੇ ਵੀ ਆਪ ਸੰਗਤਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਹੈ, ਕਿਉਂਕਿ ਸਾਡੇ ਸਤਿਕਾਰਯੋਗ ਵੱਡੇ ਭਰਾ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ, ਜੋ ਵਾਰਸ ਪੰਜਾਬ ਦੇ ਮੌਜੂਦਾ ਮੁਖੀ ਹਨ, ਜਥੇਦਾਰ ਹਨ, ਆਪ ਸੰਗਤਾਂ ਨੂੰ ਪਤਾ ਹੈ ਵੀ ਪਿਛਲੇ ਕੁਝ ਸਮਿਆਂ ਤੋਂ ਲੈ ਕੇ ਅਸੀਂ ਰਾਜਨੀਤਿਕ ਧਿਰਾਂ ਨੂੰ ਜਾਂ ਹੋਰ ਰਾਜਨੀਤਿਕ ਪਾਰਟੀਆਂ ਨੂੰ ਲੈ ਕੇ ਬੜਾ ਸਪੋਰਟ ਕੀਤਾ ਹੈ। ਪਹਿਲਾਂ ਤਾਂ ਅਕਾਲੀ ਸੀ, ਫਿਰ ਕਾਂਗਰਸੀ ਆ ਗਏ ਅਤੇ ਹੁਣ ਅਸੀਂ ਰਹਿੰਦ ਖੂੰਦ ਕਰ ਕਤਰ ਕੇ ਅਤੇ ਝਾੜੂ ਵਾਲਿਆਂ ਨੂੰ ਵੋਟਾਂ ਪਾ ਕੇ ਦੇਖ ਲਿਆ ਵੀ ਕਿਤੇ ਕੋਈ ਪੰਜਾਬ ਦਾ ਸਬਰ ਜੇ, ਪਰ ਕੋਈ ਹੱਲ ਨਹੀਂ ਹੋਇਆ। ਅੱਗੇ ਨਾਲੋਂ ਵੀ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਮਾੜੇ ਹੋ ਗਏ। ਸੋ ਅੱਜ ਇਹੀ ਬੇਨਤੀ ਕਰਨੀ ਆ ਵੀ ਜੇਕਰ ਅਸੀਂ ਉਹਨਾਂ ਨੂੰ ਜਿਹੜੇ ਕਿ ਗੁਰੂ ਤੋਂ ਟੁੱਟੇ ਨੇ, ਜਿਨ੍ਹਾਂ ਨੇ ਸਾਡੇ ਗੁਰੂ ਦੀ ਬੇਅਦਬੀ ਕਰਵਾਈ ਹੈ, ਜਿਨ੍ਹਾਂ ਨੇ ਸਾਡੇ ਗੁਰੂ ਨੂੰ ਆਮ ਮਨੁੱਖਾਂ ਨਾਲੋਂ ਵੀ ਨੀਵਾਂ ਕਰਕੇ ਵਿਖਾ ਦਿੱਤਾ ਅਤੇ ਦੇਹੀ ਧਾਰ ਬਾਬਿਆਂ ਨੂੰ ਜਿਹੜਾ ਉੱਚਾ ਕਰ ਦਿੱਤਾ ਹੈ, ਸਾਡੀ ਮਾਨਸਿਕਤਾ ਨੂੰ ਗੁਲਾਮ ਕਰ ਦਿੱਤਾ ਹੈ, ਸਾਡੀ ਮਾਨਸਿਕਤਾ ਨੂੰ ਨੀਚ ਦਿਖਾ ਦਿੱਤਾ ਹੈ, ਉਹਨਾਂ ਨੂੰ ਛੱਡ ਕੇ ਅੱਜ ਅਸੀਂ ਉਹਨਾਂ ਗੁਰਮੁਖਾਂ ਦੇ ਨਾਲ ਤੁਰੀਏ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਤੋਂ ਆਣ ਕੇ ਸਾਡੇ ਵਰਗਿਆਂ ਜਿਹੜੇ ਕੀੜੇ ਮਕੌੜੇ ਹਨ, ਜਿਹੜੇ ਸਾਡੇ ਵਰਗੇ ਜਿਹੜੇ ਗੁਰੂ ਨਾਲ ਟੁੱਟੇ ਹਨ, ਉਹਨਾਂ ਵਰਗਿਆਂ ਨੂੰ ਗੁਰੂ ਨਾਲ ਜੋੜਨ ਦੀ ਉਹਨਾਂ ਨੇ ਬੜੀ ਵੱਡੀ ਲਹਿਰ ਚਲਾਈ ਹੈ, ਜਿਹਨੂੰ ਖਾਲਸਾ ਵਹੀਰ ਕਿਹਾ ਜਾਂਦਾ ਹੈ। ਜਿਨ੍ਹਾਂ ਨੇ ਅੰਮ੍ਰਿਤ ਛਕਵਾ ਕੇ ਨਸ਼ੇ ਤੋਂ ਤੋੜਿਆ ਹੈ, ਜਿਨ੍ਹਾਂ ਨੇ ਅੰਮ੍ਰਿਤ ਛਕਾ ਕੇ ਗੁਰੂ ਨਾਲ ਜੋੜਿਆ ਹੈ, ਅਤੇ ਉਹਨਾਂ ਨੂੰ ਸਰਕਾਰਾਂ ਨੇ ਚੁੱਕ ਕੇ ਦਿਬੜੂ ਕਰਦੀਆਂ ਜੇਲ੍ਹਾਂ ਦੇ ਵਿੱਚ ਬੰਦੀ ਬਣਾ ਲਿਆ। ਸੋ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਸਾਡੇ ਵੱਡੇ ਵੀਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਜਿਹੜੇ ਚੋਣ ਲੜਨ ਜਾ ਰਹੇ ਹਨ। ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਇਹੀ ਬੇਨਤੀ ਹੈ ਵੀ ਜਿਹੜੇ ਤੇ ਵੀਰ ਖਡੂਰ ਸਾਹਿਬ ਦੇ ਹਨ ਉਹ ਤੇ ਉਹਨਾਂ ਦਾ ਸਾਥ ਵੱਧ ਤੋਂ ਵੱਧ ਦੇਣ, ਅਤੇ ਜਿਹੜੇ ਨਾਲ ਦੇ ਹੋਰ ਵੀ ਸਿੰਘ ਹਨ ਜਾਂ ਸਾਡੇ ਰਿਲੇਟਿਵ ਹਨ ਉਹਨਾਂ ਉਹ ਵੀ ਵੱਧ ਤੋਂ ਵੱਧ ਸਾਥ ਦੇਣ। ਪਰ ਨਾਲ ਦੀ ਨਾਲ ਇਹ ਵੀ ਬੇਨਤੀ ਹੈ ਜਿਹੜੇ ਖਡੂਰ ਸਾਹਿਬ ਤੋਂ ਨਹੀਂ ਹਨ ਉਹ ਆਪਣੇ ਕੋਲ ਸੋਸ਼ਲ ਮੀਡੀਆ ਇੱਕ ਹੈਗਾ, ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਉਹਨਾਂ ਨੂੰ ਸਪੋਰਟ ਕਰੀਏ। ਜੇਕਰ ਸਾਡੇ ਕੋਈ ਰਿਲੇਟਿਵਸ ਨੇ, ਸਾਡੇ ਰਿਸ਼ਤੇਦਾਰ ਨੇ, ਸਾਡੇ ਯਾਰ ਨੇ, ਸਾਕ ਸੰਬੰਧੀ ਨੇ, ਅਸੀਂ ਉਹਨਾਂ ਨੂੰ ਪ੍ਰੇਰਿਤ ਕਰੀਏ, ਕਿਉਂਕਿ ਜੇਕਰ ਅੱਜ ਅਸੀਂ ਪੰਥ ਨਾਲ ਨਹੀਂ ਖੜੇ ਤਾਂ ਕੱਲ੍ਹ ਨੂੰ ਗੁਰੂ ਨੇ ਸਾਡੇ ਨਾਲ ਨਹੀਂ ਖੜਨਾ, ਕਿਉਂਕਿ ਮਹਾਰਾਜ ਕਹਿੰਦੇ ਹਨ ਵੀ ਜੇਕਰ ਖਾਲਸਾ ਨਿਆਰਾ ਰਹੇਗਾ ਤਾਂ ਤਦ ਤੱਕ ਹੀ ਮੈਂ ਆਪਣੇ ਖਾਲਸੇ ਦੇ ਨਾਲ ਖੜਾਂਗਾ, ਕਿਉਂਕਿ ਖਾਲਸਾ ਤਾਂ ਨਿਆਰਾ ਉਦੋਂ ਤੱਕ ਜਿੰਨਾ ਚਿਰ ਗੁਰੂ ਦੇ ਨਾਲ ਜੁੜਿਆ ਹੈ। ਸੋ ਅੱਜ ਸਾਨੂੰ ਲੋੜ ਹੈ ਉਹਨਾਂ ਗੁਰਸਿੱਖਾਂ ਦੇ ਨਾਲ ਜੁੜਨ ਦੀ ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਨਾ ਚਾਹਿਆ ਹੈ, ਕਿਉਂਕਿ ਅੱਜ ਅਸੀਂ ਉਹਨਾਂ ਪਾਰਟੀਆਂ ਦੇ ਨਾਲ ਜੁੜੇ ਹਨ ਜਿਨ੍ਹਾਂ ਨੇ ਸਾਨੂੰ ਦਿਨੋ ਦਿਨ ਗੁਲਾਮ ਕੀਤਾ ਹੈ, ਦਿਨੋ ਦਿਨ ਸਾਨੂੰ ਗੁਲਾਮ ਕਰਕੇ ਸਾਡੀ ਗੁਰਬਾਣੀ ਸਾਥੋਂ ਖੋਲੀ ਹੈ, ਸਾਡਾ ਬਾਣਾ ਸਾਥੋਂ ਖੋਲਿਆ ਹੈ, ਸਾਨੂੰ ਅੰਮ੍ਰਿਤ ਛਕਣ ਤੋਂ ਘਿਣਤਾ ਆਉਂਦੀ ਹੈ, ਸਾਨੂੰ ਬਾਣੀ ਪੜ੍ਹਨ ਤੋਂ ਘਿਣਤਾ ਆਉਂਦੀ, ਕਿਉਂਕਿ ਅਸੀਂ ਗੁਰੂ ਨੂੰ ਇੱਕ ਆਮ ਕਿਤਾਬ ਸਮਝ ਲਿਆ। ਸੋ ਇਸ ਕਰਕੇ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਬੈਠ ਕਰੇ ਪ੍ਰਣ ਕਰਨਾ ਹੈ ਕਿ ਜੇਕਰ ਅੱਜ ਅਸੀਂ ਮਹਾਰਾਜ ਜੀ ਤੁਹਾਡੀ ਹਜ਼ੂਰੀ ਵਿੱਚ ਆਏ, ਸਾਡੇ 'ਤੇ ਕਿਰਪਾ ਕਰੋ, ਅਸੀਂ ਪੰਥ ਨਾਲ ਖੜ ਸਕੀਏ, ਅਸੀਂ ਪੰਥ ਦੀ ਅਗਵਾਈ ਕਰ ਸਕੀਏ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਧੋ ਦਾਸ ਬਰਾਗੀ ਤੋਂ ਜਰਨੈਲ ਬਣਾਇਆ ਸੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਛਕਾ ਕੇ, ਅਤੇ ਜੇਕਰ ਜਿਹੜੇ ਝੁੱਗੀਆਂ 'ਚ ਲੋਕੇ ਬੈਠੇ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੂੰ ਜਰਨੈਲ ਬਣਾ ਸਕਦੇ ਨੇ, ਤਾਂ ਆਪਾਂ ਤਾਂ ਸਿੱਖਾਂ ਦੇ ਘਰ ਜਨਮ ਲਿਆ ਹੈ, ਅਸੀਂ ਉਹਨਾਂ ਬਾਬਿਆਂ ਦੇ ਵਾਰਸ ਹਾਂ ਜਿਨ੍ਹਾਂ ਨੇ ਸਵਾ ਸਵਾ ਲੱਖ ਦੇ ਨਾਲ ਰੜੇ ਨੇ। ਕਿਉਂਕਿ ਅੱਜ ਅਸੀਂ ਸੁਣਦੇ ਹਾਂ ਕਿ ਫਲਾਣੇ ਗਾਇਕ ਨੇ ਬੜੀ ਅੱਤ ਕਰਵਾਤੀ, ਫਲਾਣੇ ਗਾਇਕ ਨੇ ਬੜੀ ਅੱਤ ਕਰਵਾਤੀ, ਪਰ ਅੱਤ ਹੁੰਦੀ ਵੇਖਣੀ ਹੈ ਖਾਲਸਾ ਜੀ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਵੱਲ ਵੇਖੋ, ਜਿਨ੍ਹਾਂ 125 ਸਿੰਘ ਲੈ ਕੇ 3 ਲੱਖ 125 ਲੱਖ ਦੀ ਫੌਜ ਦੇ ਨਾਲ ਟਾਕਰਾ ਕੀਤਾ ਹੈ।
ਆਤੋਂ ਦੀ ਵੇਖਣੀ ਹੈ ਖਾਲਸਾ ਜੀ ਬਾਬਾ ਦੀਪ ਸਿੰਘ ਜੀ ਸੀਸ ਤਾਲੀ ਤੇ ਰੱਖ ਕੇ ਲੜ ਰਹੇ ਨੇ, ਆਤੋਂ ਦੀ ਵੇਖਣੀ ਹੈ ਬਾਬਾ ਤਾਰੂ ਭਾਈ ਤਾਰੂ ਸਿੰਘ ਜੀ ਜਿਹੜੇ ਖੋਪੜ ਲਵਾ ਕੇ 21 ਦਿਨ ਤੱਕ ਬੈਠੇ ਨੇ ਤੇ ਚੱਕਰੀਆ ਖਾਨ ਨੂੰ ਆਪਣੇ ਮੂਹਰੇ ਲਾ ਕੇ ਖੜਿਆ ਹੈ, ਆਤੋਂ ਦੀ ਵੇਖਣੀ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਜੀ ਨੀਹਾਂ ਵਿੱਚ ਖੜੇ ਨੇ, ਆਤੋਂ ਦੀ ਵੇਖਣੀ ਹੈ ਤੇ ਉਹਨਾਂ ਸਿੰਘਾਂ ਵੱਲ ਵੇਖੇ ਜਿਨ੍ਹਾਂ ਨੇ ਬੰਦ ਬੰਦ ਕਟਵਾਤਾ ਤੇ ਸਿੱਖੀ ਨਹੀਂ ਛੱਡੀ। ਸੋ ਇਸ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਛੱਡ ਦਈਏ ਜਿਨ੍ਹਾਂ ਨੇ ਸਾਨੂੰ ਗੁਰੂ ਨਾਲ ਤੋੜਿਆ ਤੇ ਉਹਨਾਂ ਦਾ ਪੱਲਾ ਫੜ ਲਈਏ ਜਿਹੜੇ ਸਾਨੂੰ ਗੁਰੂ ਨਾਲ ਜੋੜ ਰਹੇ ਨੇ, ਚਾਹੇ ਲੱਖ ਉਹਨਾਂ ਨੂੰ ਕੋਈ ਗਦਾਰ ਰੱਖੇ, ਚਾਹੇ ਲੱਖ ਉਹਨਾਂ ਨੂੰ ਕਹੇ ਵੀ ਇਹ ਏਜੰਸੀਆਂ ਦਾ ਬੰਦੇ, ਸਾਨੂੰ ਅਜਿਹੇ ਏਜੰਸੀਆਂ ਦੇ ਬੰਦੇ ਚੰਗੇ ਨੇ ਜਿਹੜੇ ਸਾਨੂੰ ਗੁਰੂ ਨਾਲ ਜੋੜਦੇ ਨੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ ਤੇ ਕਈ ਕਹਿੰਦੇ ਨੇ ਵੀ ਇਹ ਜੀ ਭਿੰਡਰਾਂ ਵਾਲੇ ਆ ਜਿਹੜੀਆਂ ਰੀਸਾਂ ਕਰਦੇ ਨੇ ਭਿੰਡਰਾਂ ਵਾਲਿਆਂ ਨੂੰ ਬੋਲਦੇ ਨੇ ਤੇ ਕੀ ਗੱਲ ਹੋਣੀ, ਇੰਦਰਾ ਗਾਂਧੀ ਦੀ ਰੀਤ ਕਰ ਨਹੀਂ ਸਕਦੇ, ਦਵਾਰ ਸਿੰਘ ਇਹਨਾਂ ਦੀ ਰੀਸਾਂ ਤੇ ਉਹਨਾਂ ਦੀਆਂ ਕਰਾਂਗੇ।